ਧਾਰੀ ਆ ਜੀ। ਤੇ ਹੋਇਆ ਕੀ ਤੁਹਾਨੂੰ? ਮੇਰੇ ਕਿਡਨੀ ਦੀ ਪ੍ਰੋਬਲਮ ਆ ਜੀ। ਕਿੰਨੇ ਚਿਰ ਤੋਂ? ਮੇਰੇ 1.5 ਸਾਲ ਹੋ ਚੁੱਕਾ ਜੀ ਪਹਿਲਾਂ। ਕਿੱਥੋਂ ਇਲਾਜ ਕਰਾਇਆ? ਪਹਿਲਾਂ ਹੀ ਹਰਤੇਜ ਹੋਸਪਿਟਲ ਤੋਂ ਕਰਾਇਆ, ਫਿਰ ਵੱਲੇ ਚੈੱਕਅਪ ਕਰਵਾਇਆ, ਵੱਲੇ ਵਾਲਿਆਂ ਟ੍ਰਾਂਸਫਰ ਕੀਤਾ PGI। PGI ਅਸੀਂ ਬਹੁਤ ਚਿਰ 1.5 ਸਾਲ ਅਸੀਂ ਜਾਂਦੇ ਰਹੇ, ਮਤਲਬ ਸਾਡੇ 18-17 ਚੱਕਰ ਲੱਗ ਗਏ PGI ਦੇ। PGI ਅਸੀਂ ਅੱਜ ਤੋਂ ਮੰਨ ਲਓ ਕੋਈ ਸੰਦ ਕਰਕੇ ਜਾਂਦੇ, ਸਾਡਾ 1.5 ਲੱਖ ਰੁਪਈਆ ਕਿਰਾਇਆ ਹੀ ਲੱਗ ਚੁੱਕਾ ਜਦੋਂ ਦਾ PGI ਜਾਂਦੇ ਹਾਂ। ਹੁਣ ਤੱਕ ਸਾਡਾ ਜਿਹੜਾ ਖਰਚਾ ਵਾ 6-7 ਲੱਖ ਰੁਪਈਆ ਟੋਟਲ ਲੱਗ ਚੁੱਕਾ ਵਾ। ਪਰਿਵਾਰ 'ਚ ਮੇਰੇ ਮੰਮੀ ਪਾਪਾ, ਦੋ ਬ੍ਰਦਰ ਆ, ਉਹ ਪਰ ਵੱਖੋ ਵੱਖ ਆ, ਆਪੋ ਆਪਣਾ ਕਰਦੇ ਅਤੇ ਆਪੋ ਆਪਣਾ ਖਾਂਦੇ। ਮੇਰੇ ਵੀ ਪਰਿਵਾਰ 'ਚ 3 ਬੇਟੀਆਂ ਸੀ ਮੇਰੀਆਂ, ਮੈਂ ਆਪਣੇ ਬੱਚੇ ਪਾਲਦਾ ਹਾਂ, ਮਾਂ ਪਿਓ ਨੂੰ ਪਾਲੀਦਾ ਇਹ, ਇਹਨਾਂ ਦੇ ਚਲੋ ਲਿਆ ਕੇ ਰੋਟੀ ਪਾਣੀ ਇਹਨਾਂ ਨੂੰ ਖਵਾਈਦਾ, ਜੋ ਆਪਣਾ ਮਿਹਨਤ ਕਰੀਦੀ, ਮਜ਼ਦੂਰੀ ਕਰੀਦੀ। ਮੇਰੀ ਮਦਰ ਨੇ ਕਿਡਨੀ ਮੈਨੂੰ ਦੇਣੀ ਆ, ਅਤੇ ਡਾਕਟਰ 7-8 ਲੱਖ ਰੁਪਈਆ ਖਰਚਾ ਦੱਸਦੇ ਆ ਵੀ ਤੁਹਾਡਾ ਇੰਨਾ ਖਰਚਾ ਜਿਹੜਾ ਵਿੱਚ ਸਾਰਾ ਟੋਟਲ ਲੱਗ ਆਊਗਾ। ਨਹੀਂ ਹੁਣ ਸਾਡੇ ਜੀ ਹੱਥ ਪੱਲੇ ਕੁਝ ਨਹੀਂ, ਅਸੀਂ ਤਾਂ ਇਹੋ ਹੀ ਅਰਦਾਸ ਕਰਦੇ ਹਾਂ ਭੈਣ ਭਰਾਵਾਂ ਅੱਗੇ ਵੀ ਸਾਡਾ ਸਾਥ ਦਿੱਤਾ ਜਾਵੇ, ਚਲੋ ਸਾਡਾ ਟ੍ਰੀਟਮੈਂਟ ਜਿਹੜਾ ਥੋੜ੍ਹਾ ਵਧੀਆ ਹੋ ਚੁੱਕੇ। ਹਾਂਜੀ ਮੇਰੇ, ਹਾਂਜੀ ਮੇਰੇ ਹਸਬੈਂਡ ਆ ਜੀ, ਇਹਨਾਂ ਨਾਮ ਗੁਰਜੰਟ ਸਿੰਘ। ਇਹਨਾਂ ਦੀ ਜਦੋਂ ਨਾ ਵੇਖ ਆਏ ਆ ਕੰਮ ਤੋਂ, ਅਤੇ ਇਹਨਾਂ ਦੇ ਪੇਟ 'ਚ ਦਰਦ ਹੋਈ ਆ, ਦਰਦ ਹੋਈ ਅਤੇ ਕਹਿੰਦੇ ਵੀ ਮੇਰੇ ਪੇਟ 'ਚ ਦਰਦ ਹੋਣ ਲੱਗੀ, ਅਤੇ ਮੈਡੀਸਿਨ ਚਲ ਕੇ ਆਪੇ ਲੈ ਕੇ ਆਏ ਆ, ਅਤੇ ਕਹਿੰਦੇ ਵੀ ਨਹੀਂ ਘਰ ਆ ਗਏ, ਘਰ ਆਣ ਕੇ ਕਹਿੰਦੇ ਮੈਂ ਪੈ ਗਏ, ਕਹਿੰਦੇ ਵੀ ਨਹੀਂ ਮੇਰੇ ਦਰਦ ਨਹੀਂ ਰੁਕਣ ਡੀ। ਫਿਰ ਚਲੋ ਡਾਕਟਰ ਨੂੰ ਲਿਆਂਦਾ, ਉਹਨਾਂ ਵੀ ਆਏ ਡਾਕਟਰ, ਨਹੀਂ ਫਰਕ ਪਿਆ, ਮੇਰੇ ਹੋਸਪਿਟਲ 'ਚ ਹੋਸਪਿਟਲ ਵਾਲੇ। ਪਹਿਲਾਂ ਹੁਣ ਕੋਈ ਭੈਣ ਭਰਾ ਨਹੀਂ ਮਦਦ ਕਰਦਾ ਸਾਡੀ, ਹੁਣ ਪਰਿਵਾਰ ਦੇ ਹਾਲਾਤ ਜੋ ਕਿ ਵੇਖੋ, ਸਾਡੇ ਹੁਣ ਸਹੁਰਾ ਸਾਹਿਬ ਜੀ ਨੇ ਅਤੇ ਉਹੀ ਸਾਨੂੰ ਲਿਆ ਕੇ ਦਿੰਦੇ ਨੇ, ਕੁਝ ਵਿਚਾਰੇ ਮਿਹਨਤ ਕਰ ਲੈਂਦੇ, ਕੁਝ ਵਿਚਾਰੇ ਮੰਗ ਕੇ ਲਿਆ ਦਿੰਦੇ ਨੇ, ਅਤੇ ਉਹ 'ਚ ਅਸੀਂ ਇਹਨਾਂ ਦਾ ਇਲਾਜ ਵੀ ਕਰਾਉਂਦੇ ਹਾਂ ਅਤੇ ਆਪਣਾ ਘਰ ਦਾ ਵੀ ਖਰਚਾ ਕਰਦੇ ਹਾਂ। ਮੇਰੇ 3 ਬੇਟੀਆਂ ਜੀ। ਹਾਂਜੀ ਬੇਟੀਆਂ ਬਹੁਤ ਅਰਦਾਸ ਬੇਨਤੀ ਕਰਦੀਆਂ ਜੀ ਕਿ ਸਾਡੇ ਪਾਪਾ ਠੀਕ ਹੋ ਜਾਣ, ਜਦੋਂ ਇਹ PGI ਚੰਡੀਗੜ੍ਹ ਜਾਂਦੇ ਨੇ ਉਦੋਂ ਪੁੱਛਦੀਆਂ ਵੀ ਆ ਕਿ ਪਾਪਾ ਕਿੱਥੇ ਗਏ ਨੇ, ਆਉਂਦੇ ਕਿਉਂ ਨਹੀਂ ਆ, ਕਿਉਂਕਿ ਇਹਨਾਂ ਫੋਨ ਵੇਖਣਾ ਹੁੰਦਾ ਤਾਂ ਪੁੱਛਦੀਆਂ ਨੇ ਕਿ। ਫਿਰ ਮੈਂ ਕਹਿ ਦਿੰਦੀ ਹਾਂ ਕਿ ਪਾਪਾ ਨਾ ਪੈਪ ਲਵਾਉਣ ਗਏ, ਜਿਹੜੀ ਬਾਥਰੂਮ ਵਾਲੀ ਥੈਲੀ ਲੱਗੀ ਆ, ਫਿਰ ਜਦੋਂ ਲਾਗੇ ਬੈਠਦੀਆਂ ਵੀ ਤਾਂ ਵੀ ਇਹਨਾਂ ਨੂੰ ਮੈਂ ਬੋਲ ਦਿੰਦੀ ਹਾਂ ਵੀ ਲਾਗੇ ਨਾ ਬੈਠੋ, ਪੈਪ ਹਿੱਲ ਜਾਏਗੀ, ਅਤੇ ਕਿਉਂਕਿ ਸਾਨੂੰ ਪੈਪ ਦਾ ਵੀ ਡਰ ਰਹਿੰਦਾ ਆ, ਜੇ ਪੈਪ ਬੰਦ ਹੋ ਜੇ ਰੁਕ ਲੱਥ ਜੇ ਅਤੇ ਇਹ ਵੀ ਬਹੁਤ ਪੈਸੇ ਲੱਗਦੇ, ਅੱਗੇ ਵੀ ਸਾਡਾ 25 ਲੱਖ ਰੁਪਇਆ ਲੱਗ ਗਿਆ ਇੱਕ ਵਾਰੀ ਪੈਪ ਲੱਥ ਗਈ ਸੀ, ਅਤੇ ਸੰਸਥਾ ਨੂੰ ਇਹ ਕਹਿਣਾ ਚਾਹੁੰਦੇ ਕਿ ਇਹਨਾਂ ਦੀ ਪੈਪ ਲੱਥ ਜੇ ਅਤੇ ਹੁਣ ਛੇਤੀ ਛੇਤੀ ਠੀਕ ਹੋ ਜਾਣ ਅਤੇ ਅਸੀਂ ਸਾਡੀ ਹੈਲਪ ਕੀਤੀ ਜਾਵੇ। ਹਾਂਜੀ ਉਹ 6-7 ਲੱਖ ਮੰਗਦੇ ਜੀ ਕਿਡਨੀ ਹੋਸਪਿਟਲ ਵਾਲੇ ਜਲੰਧਰ ਤੋਂ।